आकाश वाणी पूजा वजीर को ला, पहले खास खास भारत ने अगले पंजे बरें च भूटान की दस हजार करोड़ रुपए की माली मदद करने का ऐलान किया है दोनों मुल्क राष्ट्रीय हितें जुड़े दे मुद्दे पर सहयोग करने पर भी सहमत होए केंद्रीय माध्यमिक शिक्षा बोर्ड सीबीएसई ने नियमेंगी की ਨੈ ਮਨ ਨੇ ਤੇ ਗਲਤ ਤਰੀਕੇ ਕਰਨੇ ਕੰਮ ਕਰਨੇ ਚ ਸ਼ਾਮਿਲ 20 ਸਕੂਲਾਂ ਦੀ ਬੋਰਡ ਕੰਨੇ ਮਾਨਤਾ ਰੱਦ ਕਰੀ ਦਿੱਤੀ ਹੈ ਰੂਸ ਚ ਮਾਸਕੋ ਦੇ ਨੇੜੇ ਇੱਕ ਕੰਸਰਟ ਹਾਲ ਚ ਇਥਾਰਬੰਦ ਅਮਲਾਵਰੇ ਦੀ ਗੋਲਾਬਰੀ ਚ 60 ਲੋਕਾਂ ਦੀ ਮੌਤ ਤੇ 145 ਸ਼ਮਤੇ ਜ਼ਖਮੀ ਹੋਏ ਗਏ ਹਨ ਸਵਿਟਸ ਓਪਨ ਬੈਡਮਿੰਟਨ ਪ੍ਰਤੀਯੋਗਿਤਾ ਚ ਭਾਰਤ ਦੇ ਕਿਤਾੰਬੀ श्रीकांत सेमीफाइनल ਚ ਪੁੱਜੀ ਗਏ ਨਾ ਉਹਨੇ ਕੱਲ ਸਵਿਟਜ਼ਰਲੈਂਡ ਦੇ ਬੇਸਲ ਚ ਮਰਦੇ ਦੇ ਸਿੰਗਲਸ ਕੁਆਟਰਫਾਈਨਲ ਚ ਲੀ ਚੀਆ ਹੌਕੀ ਰਾਇਆ ਆ ਆਈਪੀਐਲ ਦੇ 17ਵੇਂ ਸੰਸਕਰਨ ਦੇ ਕੱਲ ਖੇਡੇ ਗਏ ਦੇ ਪਹਿਲੇ ਮੈਚ ਚ ਚੇਨਈ ਸੁਪਰ ਕਿੰਗਸ ਨੇ ਰਾਇਲ ਚੈਲੈਂਜਰਸ ਬੰਗਲੌਰ ਕੀ 6 ਵਿਕਟੇ ਕਰਨੇ ਰਾਈ ਦਿੱਤਾ ਖਬਰਾਂ ਤਫਸੀਲ ਕਰਨੇ ਭਾਰਤ 부ਟਾਨ ਕੀ ਅਗਲੇ ਪੰਜੇ ਬਰੇਚ 10000 ਕਰੋੜ ਰੁਪਏ ਦੀ ਮਾਲੀ ਮਦਦ ਕਰੋ प्रधानमंत्री नरेंद्र मोदी घोषणा अपने भूटान दौरे के पहले दिन थिम्पू च कल की भारत के भूटान बश् राष्ट्रीय हितें जुड़े मुद्दे के लिए सहयोग करने बारे आपसी सहमति बनी गई है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਦੇ 부ਟਾਨ ਦੌਰੇ ਬਾਰੇ ਇੱਕ ਸੰਯੁਕਤ ਬਿਆਨ ਚ ਆਖਿਆ ਗਿਆ ਹੈ ਜੇ ਪਨ ਬਿਜਲੀ ਸੌਰ ਤੇ ਗ੍ਰੀਨ ਹਾਈਡਰੋਜਨ ਦੇ ਖੇਤਰੇ ਚ ਸਾਫ ਊਰਜਾ ਦੇ ਵਿਸਤਾਰ ਵਾਸਤੇ ਭਾਰਤ ਤੇ 부ਟਾਨ ਕਿੱਠੇ ਰਲਿਏ ਕੰਮ ਕਰਗਣ ਦੋਨੇ ਦੇਸ਼ੇ ਰੇਲ, ਸ਼ਿੜਕ, ਅਵਾਈ ਤੇ ਜਲ ਯਾਤਿਆਤ ਉਦਯੋਗ ਆਧਾਰ 부ਟਾਨ ਚੇ ਦੇ ਕਨੋ ਕਨਿ ਡਿਜੀਟਲ ਸੰਪਰਕ ਕੀ ਹੋਰ ਮਜ਼ਬੂਤ ਕਰਨੇ ਪਰ ਵੀ ਸਹਿਮਤੀ ਜਤਾਈ ਦੋਨੇ ਦੇਸ਼ੇ ਬਿਸ਼ਕਾਰ ਪਿਆਲੀ ਦੀ ਬੁਨਿਆਦ ਸਾਂਝੇ ਮੂਲ্য ਸਾਂਸਕ੍ਰਿਤੀ ਤੇ ਆਧਿਆਤਮਿਕ ਦਰੋਹਰ ਪਰ ਆਧਾਰਿਤ ਹੈ ਇਸ ਬਿਆਨ 'ਚ ਇਹ ਵੀ ਆਖਿਆ ਗਿਆ ਜੇ ਭਾਰਤ ਬੁਟਾਨ ਆਸਤੇ ਤੇ ਬੁਟਾਨ ਭਾਰਤ ਆਸਤੇ ਇੱਕ ਸੱਚ ਦੇ ਤੌਰ 'ਤੇ ਉਭਰਾ ਕਰਦਾ ਹੈ ਜੇਦਾ ਲਕਸ਼ ਬੁਟਾਨ ਦੇ ਡਰੂਗ ਗਿਆਲਪੋਸ ਹੋਰੇ ਤੇ ਭਾਰਤ ਬੁਟਾਨ ਦੇ ਸਿਆਸੀ ਨੇਤ੍ਰਿਤਵ ਨੇ ਮਿਥਿਆ ਹ ਬੁਟਾਨ ਦੇ ਨਰੇਸ਼ ਜਿਗਮੇ ਖੇਸਰ ਵੋਂਗਚੂ ਕੋਰੇ ਕਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕੀ ਬੁਟਾਨ ਦੇ ਸਬਨੇਸ਼ਾ ਵੱਡੇ ਨਾਗਰਿਕ ਸਨਮਾਨ ਦਾ ਆਰਡਰ ਆਫ ਦਾ ਡਰੂਗ ਗਿਆਲਪੋ ਕਨੇ ਥਿੰਪੂਚਾ ਸਨਮਾਨਿਤ ਕੀਤਾ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਇਹ ਦਿਨ ਉੰਦੀ ਜ਼ਿੰਦਗੀ ਦਾ ਵੱਡਾ ਦਿਨ ਹੈ ਉਹਨੇ ਆਖਿਆ ਜੇ ਹਰ ਪੁਰਸਕਾਰ ਖਾਸ ਹੈ ਪਰ ਦੂਏ ਦੇਸ਼ ਕੋਲਾ ਪੁਰਸਕਾਰ ਹਾਸਿਲ ਕਰਨਾ ਦਰਸਾਂਦਾ ਹੈ ਜੇ ਦੋਨੋਂ ਦੇਸ਼ ਸਹੀ ਰਾਹ ਪਰ ਅਗੜੇ ਵਧਾ ਕਰ ਦੇਣ ਉਹਨੇ ਆਖਿਆ ਜੇ ਇਹ ਸਮਾਨ ਉੰਦਾ ਨਹੀਂ ਹੈ ਸਗੁਆ ਭਾਰਤ ਦਾ ਤੇ 140 ਕਰੋੜ ਭਾਰਤੀਆਂ ਦਾ ਸਨਮਾਨ ਹੈ ਪ੍ਰਧਾਨ ਮੰਤਰੀ ਹੋਰ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਨ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਉਹਨੇ ਥਮਾ ਕਿਸ ਚਿਰੇ ਪਹਿਲੇ ਥਿੰਪੂ ਚ ਭਾਰਤ ਸਰਕਾਰ ਦੀ ਮਦਦ ਕਰਨੇ ਬਨੇਦੇ অত্যাਧੁਨਿਕ ਹਸਪਤਾਲ ਗਿਆਲ ਸੂਏਨ ਜੈਟਸਨ ਪੇਮਾ ਜੱਚਾ ਬਚਾ ਹਸਪਤਾਲ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਪੁਤਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਪਕੀ ਹੋਰ ਵੀ ਮੌਜੂਦ ਹੈ ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੁੰਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਸੰਨ 1931 ਚ ਲਾਹੌਰ ਛੜੇਂਤਰ ਮਾਮਲੇ ਚ ਇਨੇ ਤਰੋਨੇ ਮਾਨਸ਼ੀ ਦੇ ਦੇਸ਼ੇ ਦੀ ਆਜ਼ਾਦੀ ਲਈ ਅਸਦੇ ਅਸਦੇ ਫਾਂਸੀ ਦੇ ਫੰਦੇ ਕੀ ਗੱਲੇ ਕਰਨੇ ਲਈ ਲੈਤਾ ਹਾ। ਇਸ ਮੌਕੇ ਪਰ ਅੱਜ ਦੇਸ਼ੇ ਦੇ ਕੋਨੇ-ਕੋਨੇ ਚ ਇਨੇ ਮਾਨਸ਼ੀ ਦੇ ਗੀਪਾਵ ਪ੍ਰੋਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। दिल्ली दी राउज एवेन्यू अदालत ने कल आपकारी नीति कोटाले मामले चे मुख्यमंत्री अरविंद केजरीवाल और इनकी ठाई मार्च तोड़ी परवर्तन निदेशालय दी इरासत चे पेजी दिता है। विदेश सीबीआई जज कावेरी बावेजा और इन अत्रू राती केजरीवाल उन दी गिरफ्तारी दे बाद कल एक उम्मीदारी की था। ईडी ने केजरीवाल ਨਿਦੇਸ਼ਾਲੇ ਨੇ ਆਖਿਆ ਹੈ ਜੇ ਕੇਜਰੀਵਾਲ ਆਪਕੈਰੀ ਨੀਤੀ ਤਿਆਰ ਕਰਨੇ ਚ ਸਿੱਧੇ ਤੋਰਾ ਪਰ ਸ਼ਾਮਿਲ ਹਨ ਭਾਜਪਾ ਨੇ ਆਖਿਆ ਹੈ ਜੇ ਸ਼ਰਾਬ ਕੁਟਾਲੇ ਦਾ ਛੜਯੰਤ ਰਚਨੇ ਵਾਲਾ ਆਖਿਰਕਾਰ ਕਾਨੂੰਨ ਦੀ ਇਰਾਸਤ ਚ ਹੈ ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰੰਗੀ ਪ੍ਰਵਰਤਨ ਨਿਦੇਸ਼ਾਲੇ ਦੀ ਇਰਾਸਤ ਚ ਪੇਜਨੇ ਮਗਰ ਆਖੀ ਗਈ ਨਮੀ ਦਿੱਲੀ ਦੇ ਮੀਡੀਆ ਕੀ ਸੰਬੋਧਿਤ ਕਰਦਿਓਈ ਵરિਸ਼ ਪਾਰਟੀ ਨੇਤਾ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੋਰੇ ਅਰਵਿੰਦ ਗੇਜੀਵਾਲ ਹੋਰੇ ਪਰ ਨਿਸ਼ਾਨਾ ਕੱਸਦਿਓਈ ਆਖੇ ਆਜੇ ਉਹਨੇ ਭ੍ਰਸ਼ਟਾਚਾਰ ਰਾਸਤੇ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਹੈ ਉਹਨੇ ਆਖਿਆ ਜੇ ਦੇਸ਼ ਦਿੱਖੀ ਚੁਕੇਦਾ ਹੈ ਜੇ ਸੰਵਿਧਾਨਿਕ ਓਦੇ ਪਰ ਰੋਂਦੀ ਹੋਈ ਐਸਾ ਮਨੁ ਕੀਆ ਇਮਾਨਦਾਰੀ ਦੀ ਮਿਸਾਲ ਬਣੀ ਸਕਦਾ ਹੈ ਤੁਆਂ ਆਪ ਨੇਤਾ ਤੇ ਦਿੱਲੀ ਦੇ ਮੰਤਰੀ ਅਤੀਸ਼ਿਓ ਰਿਆ ਆਖਿਆ ਜੇ ਕੇਜਰੀਵਾਲ ਔਰ ਮੁੱਖ ਮੰਤਰੀ ਬਣੇਦੇ ਰੋਂਗਨ ਤੇ ਕਿਸੇ ਵੀ ਸੰਵਿਧਾਨਿਕ ਪ੍ਰਾਵਧਾਨ ਤਹਿਤ ਉਹਨੇ ਕੀ ਇਸਤੀਫਾ ਦੇਨੇ ਦੀ ਲੋੜ ਨਹੀਂ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਪਰਾ ਸੁਣਾਰ ਦਿਓ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ CBSE ਨੇ ਨਿਯਮਾਂ ਦੀ ਨਈ ਮੰਨਣ ਤੇ ਗਲਤ ਤਰੀਕੇ ਕਰਨੇ ਕੰਮ ਕਰਨੇ 'ਚ ਸ਼ਾਮਲ 20 ਸਕੂਲਾਂ ਦੀ ਬੋਰਡ ਕਰਨੇ ਮਾਨਤਾ ਰੱਦ ਕਰੀ ਦਿੱਤੀ ਹੈ। ਇਨੇ ਸਕੂਲਾਂ 'ਚ ਜੰਮੂ ਕਸ਼ਮੀਰ ਦੇ ਕਟੂਆ ਜ਼ਿਲਹਾ ਦਾ ਕਰਤਾਰ ਪਬਲਿਕ ਸਕੂਲ ਵੀ ਸ਼ਾਮਲ ਹੈ। CBSE ਆਸੀਆ ਜਾਰੀ ਅਦੀ ਸੂਚਨਾ 'ਚ ਆਖਿਆ ਗਿਆ ਜੇ ਇਨੇ ਸਕੂਲਾਂ ਖਿਲਾਫ ਇਹ ਕਾਰਵਾਈ ਉਹਦੇ ਆਸੀਆ ਬੋਰਡ ਦੇ ਨਿਯਮੇ ਦੀ ਅਨਦੇਖੀ ਕਰਨੇ ਤੇ ਉੰਦੀ ਪਾਲਮਾ ਕਰਨੇ 'ਚ ਜ਼ਬਰਦਸਤ ਲਾਗਰਜੀ ਬਰਤਨੇ ਦੀਆਂ ਸ਼ਿਕਾਇਤਾਂ ਦੀ ਤਸਕੀਦ ਹੋਣੇ ਦੇ ਬਾਅਦ ਕੀਤੀ ਗਈ ਹੈ। ਸੀਬੀਐਸਸੀ ਨੇ ਆਖਿਆ ਹੈ ਜੇ ਇਹ ਸਕੂਲ ਜਿਹੜੀ ਕਿਸਮ ਦੀਆਂ ਅਨਿਯਮਤਾਇਆਂ ਪਰ ਚਲਾ ਕਰਦੇ ਨੇ ਉੰਦੇ ਚ ਡੰਮੀ ਸਟੂਡੈਂਟਸ ਯਾਨੀ ਸਕੂਲ ਲਈ ਆਇਦੇ ਕਿਸ ਬੱਚੇ ਕੀ ਸਕੂਲ ਚ ਹਾਜ਼ਰ ਦੱਸਣਾ, ਅਯੋਗ ਬੱਚੇਂ ਕੀ ਦਾਖਲਾ ਦੇਣਾ, ਰਿਕਾਰਡ ਸਹੀ ਚਾਲੀ ਨਹੀਂ ਬਣਾਈ ਰੱਖਣਾ ਵਗੈਰਾ ਸ਼ਾਮਿਲ। ਜਿਨੇ ਕੀ ਧਿਆਨੇ ਚ ਰੱਖਦੀ ਹੋਈ ਸਕੂਲ ਦੀ ਮਾਨਤਾ ਰੱਦ ਕੀਤੀ ਗਈ ਹੈ ਤੇ ਕਈਆਂ ਦਾ ਦਰਜਾ ਵੀ ਘਟਾਇਆ ਗਿਆ ਹੈ। ਰੂਸ ਦੀ ਰਾਜਧਾਨੀ ਮਾਸਕੋ ਦੇ ਕੋਲ ਇੱਕ ਕਾਨਸਰਟ ਆਲ ਪਰਿਸਰ ਚ ਹਥਿਆਰਬੰਦ ਅਮਲਾਵਰੇ ਦੀ ਗੋਲਾਬਾਰੀ ਚ 60 ਲੋਕ ਮਾਰੇ ਗਏ ਅਤੇ 145 ਸ਼ਮਤੇ ਜ਼ਖਮੀ ਹੋਏ ਨ ਰੂਸ ਦੀ ਸਰਕਾਰੀ ਮੀਡੀਆ ਏਜੰਸੀ TASS ਟਾਸ ਦੀ ਖਬਰ ਮੁਜਬ ਤ ਤ ਹਥਿਆਰਬੰਦ ਅਮਲਾਵਰੇ ਮਾਸਕੋ ਦੇ ਬਾਹਰਲੇ ਇਲਾਕੇ ਚ ਸਥਿਤ क्रॉक सिटी ऑल के अंदर गोलीबारी की वारदात थारे पर तुरंत सुरक्षा कार्रवाई टीम सी सद्या गया उत सर शा मती एंबुलेंसा डॉक्टर की प्रभावितें मदद के च लाया गया है आतंकवादी गुट आईएसआईएस ने एक बयान जारी करिए इस हमले की जिम्मेवारी लैती है हालांकि आईएसआईएस गुट ने अपने इस दावे के समर्थन च सबूत नहीं दीते हैं स्थानीय गवर्नर एंड्रे वोरोवोव ਉਰੇ ਆਖਿਆ ਹੈ ਜੇ ਲੋਕਾਂ ਕੀ ਬਚਾਉਣ ਲਈ ਸਭ ਕੁਛ ਕੀਤਾ ਜਾ ਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਮਾਸਕੋ ਚ ਉਹਦੇ ਆਤੰਕਵਾਦੀ ਅਮਲੇ ਦੀ ਸਖਤ ਨਿੰਦਿਆ ਕੀਤੀ ਹੈ ਸੋਸ਼ਲ ਮੀਡੀਆ ਦੀ ਇੱਕ ਪੋਸਟ ਚ ਉਹਨੇ ਆਖਿਆ ਹੈ ਜੇ ਸਾੜੀਆਂ ਸੰਵੇਦਨਾ ਪ੍ਰਭਾਵਿਤ ਪਰਿਵਾਰਾਂ ਦੇ ਕੰਨੇ ਨਾ ਸ਼੍ਰੀ ਮੋਦੀ ਹੋਰੇ ਆਖਿਆ ਜੇ ਭਾਰਤ ਦੁੱਖੇ ਦੀ ਇਸ ਘੜੀ ਚ ਰੂਸ ਦੀ ਸਰਕਾਰ ਦੇ ਲੋਕਾਂ ਦੇ ਕੰਨੇ ਪੂਰੀ ਤਗੜਾਈ ਕੰਨੇ ਖੜੋਤੇ ਦਾ ਹੈ मुंबई की एक विशेष अदालत दो हजार अट्ठ च मालेगाव च धमाके मामले चो बीजेपी सांसद प्रज्ञा सिंह ठाकुर हुँ खिलाफ़ पेशी पर हाजिर नहीं होने पर जारी जमानती वारंट की रद्द करी दिता है एक निजी अदालत च बी मार्च की भर्ती प्रज्ञा ठाकुर उतुआ छुट्टी होने पर अदालत हाजिर हुइं जिंद इस वारंट की रद्द कर दाता गया ਸুইস ਓਪਨ ਬੈਡਮਿੰਟਨ ਟੂਰਨਾਮੈਂਟ ਚ ਭਾਰਤ ਦੇ ਕਿਦਾਂ ਵੀ ਸ਼੍ਰੀਕਾਂਤ ਔਰ ਸੈਮੀਫਾਈਨਲ ਚ ਪੂਜੀ ਗਏ ਕੱਲ ਸਵਿਟਜ਼ਰਲੈਂਡ ਦੇ ਬੇਸਲ ਚ ਉਹਨੇ ਪੁਰਸ਼ ਸਿੰਗਲਸ ਦੇ ਕੁਆਟਰਫਾਈਨਲ ਚ ਲੀ ਚੀਆ ਆਓ ਰੈਂਕੀ 21-10 21-14 ਕੰਨੇ ਰਾਇਆ ਅੱਜ ਫਾਈਨਲ ਚ ਹੁੰਦਾ ਮੁਕਾਬਲਾ ਲੀ ਚੁਨਹੀ ਹੁੰਦੇ ਕੰਨੇ ਓਗ ਪੁਰਸ਼ ਸਿੰਗਲਸ ਦੇ ਇੱਕ ਦੂਏ ਕੁਆਟਰਫਾਈਨਲ ਮੈਚ ਚ ਪ੍ਰਿਆਨਸ਼ੂ ਰਾਜਵਤ ਔਰੇ ਤਿਆਨ ਚੈਨ ਚਾਉ ਕੋਲਾ 15-21 19-21 ਕੰਨੇ ਆਰ ਦਾ ਸਾਹਮਨਾ ਕਰਨਾ ਪਿਆ ਕਿਰਨ ਜਾਰਜ ਹੋਰ ਵੀ ਡੈਨਮਾਰਕ ਦੇ ਰਾਸਮਸ ਗੇਮਕੇਨ ਦੇ ਕੋਲਾ ਆਰੀ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਸਤਾਰਵੇਂ ਸੰਸਕਰਨ ਦੇ ਸ਼ੁਰੂਆਤੀ ਮੈਚ ਚੇਨਈ ਸੁਪਰ ਕਿੰਗਸ ਨੇ ਰਾਇਲ ਚੈਲੈਂਜਰਜ਼ ਬੈਂਗਲੌਰਸ ਕੀ 6 ਵਿਕਟੇ ਕਰਨੇ ਰਾਇਆ ਇਹ ਮੈਚ ਪਿਛਲੀ ਰਾਤੀ ਚੇਨਈ ਦੇ ਐਮਏ ਚਿਤੰਬਰਮ ਸਟੇਡੀਅਮ ਚ ਹੋਆ ਜਿੱਤਨੇ ਲਈ 174 ਰੰਜੇ ਦੇ ਲਕਸ਼ ਦਾ ਪਿੱਛਾ ਕਰਦੀ ਹੋਈ ਚੇਨਈ ਸੁਪਰ ਕਿੰਗਸ ਨੇ 6 ਵਿਕਟੇ ਤੇ 8 ਬਾਲੇ ਦੇ ਬਕਾਇਆ ਰੋਣੇ ਪਰ ਜਿੱਤ ਹਾਸਲ ਕਰ ਲਈ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਕਰਦੀ ਹੋਈ ਰਾਇਲ ਚੈਲੈਂਜਰਸ ਬੈਂਗਲੌਰ ਨੇ ਬੀ ਓਵਰਾਂ 'ਚ 173 ਰੰਜ ਬਣਾਏ ਮੁਸਤਾਫਿਜ਼ੂ ਰਹਿਮਾਨ ਨੇ ਚੇਨਈ ਸੁਪਰ ਕਿੰਗਜ਼ਾਸਤੇ 4 ਵਿਕਟਾਂ ਹਾਸਲ ਕੀਤੀਆਂ ਉਹਨੇ ਕੀ ਪਲੇਅਰ ਆਫ ਦਾ ਮੈਚ ਕੋਸ਼ਿਤ ਕੀਤਾ ਗਿਆ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਮੋਹਾਲੀ 'ਚ ਦਿੱਲੀ ਕੈਪੀਟਲਸ ਕਰਨੇ ਦੁਪਹਿਰ 2:30 ਵਜੇ ਸ਼ੁਰੂ ਹੋਗ ਦੂਈ ਬੱਖੀ ਕੋਲਕਾਤਾ ਨਾਈਟ ਰਾਈਡਰਸ ਅੱਜ ਕੋਲਕਾਤਾ 'ਚ ਸ਼ਾਮੀ 7:00 ਵਜੇ ਸਨਰਾਈਜ਼ਰਸ ਹਾਈਦਰਾਬਾਦ ਕਰਨੇ ਮੈਦਾਨ 'ਚ ਉਤਰਗਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਚ ਗਾਜ਼ਾ ਚ ਸੰਘਰਸ਼ ਵਿਰਾਮ ਦੇ ਅਮਰੀਕਾ ਦੇ ਪ੍ਰਸਤਾਵ ਪਰ ਰੂਸ ਤੇ ਚੀਨ ਨੇ ਵੀਟੋ ਕਰੀ ਦਿੱਤਾ ਹੈ ਅਮਰੀਕਾ ਨੇ ਇਹ ਪ੍ਰਸਤਾਵ ਫਿਲਸਤੀਨੀ ਨਾਗਰਿਕਾਂ ਦੀ ਸੁਰੱਖਿਆ ਤੇ ਉਹਨਾਂ ਦੀ ਮਨੁੱਖੀ ਸਹਾਇਤਾ ਪਹੁੰਚਾਣੇ ਲਈ ਆਨਿਆ ਹਾ ਰੂਸ ਨੇ ਅਮਰੀਕਾ ਦੀ ਇਸ ਗੈਂਗ ਦੀ ਪਖੰਡ ਕਰਾਰ ਦਿੰਦੇ ਹੋਈ ਇਹਦੀ ਨਿੰਦਿਆ ਕੀਤੀ ਹੈ ਤੇ ਆਖਿਆ ਹੈ ਜੇ ਅਮਰੀਕਾ ਜੰਗ ਰੋਕਣੇ ਲਈ ਇਜ਼ਰਾਈਲ ਪਰ ਦਬਾਅ ਬਣਾਣੇ ਚ ਨਾਕਾਮ ਰਿਹਾ ਹੈ ਕੁੱਲ 11 ਸਦੱਸ ਹੈ ਇਸ ਪ੍ਰਸਤਾਵ ਦੇ ਅਕ ਚ ਤੇ 3 ਸਦੱਸ ਇਹਦੇ ਵਿਰੋਧ ਚ ਵੋਟ ਪਾਇਆ ਤੇ ਅਖੀਰ ਚ ਖਾਸ ਖਾਸ ਖਬਰ ਇੱਕ ਵਾਰੀ ਪਰਤੀ ਹੈ ਭਾਰਤ ਨੇ ਅਗਲੇ ਪੰਜੇ ਬਰੇ ਚ ਪੂਟਾਨ ਕੀ 10000 ਕਰੋੜ ਰੁਪਏ ਦੀ ਮਾਲੀ ਮਦਦ ਦੇਣੇ ਦਾ ਐਲਾਨ ਕੀਤਾ ਹੈ ਦੋਨੇ ਮੁਲਕ ਰਾਸ਼ਟਰੀ ਹਿੱਤਾਂ ਕਰਨੇ ਜੁੜੇ ਦੇ ਮੁੱਦੇ ਪਰ ਸਹਿਯੋਗ ਕਰਨੇ ਪਰ ਸਹਿਮਤ ਹੋਏ ਨੇ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ ਸੀਬੀਐਸਈ ਨੇ ਨਿਯਮੇ ਕੀ ਨਈ ਮੰਨਨੇ ਤੇ ਗਲਤ ਤਰੀਕੇ ਕਰਨੇ ਕੰਮ ਕਰਨੇ ਚ ਸ਼ਾਮਿਲ 20 ਸਕੂਲਾਂ ਦੀ ਬੋਰਡ ਕਰਨੇ ਮਾਨਤਾ ਰੱਦ ਕਰੀ ਦਿੱਤੀ ਹੈ ਰੂਸ ਚ ਮਾਸਕੋ ਦੇ ਨੇੜੇ ਇੱਕ ਕੰਸਰਟ ਆਲ ਚ ਹਥਿਆਰਬੰਦ ਅਮਲਾਵਰਾਂ ਦੀ ਗੋਲਾਬਾਰੀ ਚ 60 ਲੋਕਾਂ ਦੀ ਮੌਤ ਤੇ 145 ਸ਼ਮਤੇ ਜ਼ਖਮੀ ਹੋਈ ਗਏ ਨਾ ਸਵਿਜ਼ ਓਪਨ ਬੈਡਮਿੰਟਨ ਪ੍ਰਤੀਯੋਗਿਤਾ ਚ ਪਾਰਤ ਦੇ ਕਿਦਾਂਬੀ ਸ਼੍ਰੀਕਾਂਤ ਸੈਮੀਫਾਈਨਲ ਚ ਪੂਜੀ ਗਏ ਨਾ ਉਹਨੇ ਕੱਲ ਸਵਿਟਜ਼ਰਲੈਂਡ ਦੇ ਬੇਸਲ ਚ ਮਰਦਾਂ ਦੇ ਸਿੰਗਲ ਕੁਆਰਟਰਫਾਈਨਲ ਚ ਲੀ ਚੀਆ ਹਾਉ ਕੀ ਰਾਯਾ ਤੇ ਆਈਪੀਐਲ ਦੇ ਸਤਾਰਵੇਂ ਸੰਸਕਰਨ ਦੇ ਕੱਲ ਖੇਡੇ ਗਏ ਦੇ ਪਹਿਲੇ ਮੈਚ ਚੇਨਈ ਸੁਪਰ ਕਿੰਗਸ ਨੇ ਰਾਇਲ ਚੈਲੈਂਜਰਜ਼ ਬੈਂਗਲੌਰ ਕੀ 6 ਵਿਕਟੇ ਕਰਨੇ ਰਾਹ ਦਿੱਤਾ खबरें दे इस बुलेटिन च बस इन्ना गे